ਚੇਤਾ ਕਰਨਾ ਹੁੰਦਾ ਤੇ ਡੇਢ ਸਾਲ ਤੋਂ ਮਾਨ ਸਾਹਿਬ ਦੀ ਸਰਕਾਰ ਹੈ ਤੇ ਪਹਿਲਾਂ ਨਾ ਚੁਕਵਾ ਲੈਂਦੇ ਕੋਈ ਬਦਲੇ ਦੀ ਭਾਵਨਾ ਨਹੀਂ ਹੈ ਤੇ ਪੰਜਾਬ ਦੀਆਂ ਬਾਕੀ ਵਿਰੋਧੀ ਪਾਰਟੀਆਂ ਨੂੰ ਇਸ ਕਾਰਵਾਈ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਅਦਰਵਾਈਜ਼ ਇਹ ਸਮਝਿਆ ਜਾਊਗਾ ਕਿ ਨਸ਼ਾ ਤਸਕਰੀ ਨੂੰ ਲੈ ਕੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਕਿ ਨਸ਼ਾ ਤਸਕਰੀ ਦੇ ਕੇਸ ਦੇ ਆਧਾਰ ਤੇ ਅੱਜ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਔਰ ਇਹਦੇ ਚ ਫੈਕਟ ਇਹ ਆ ਕਿ ਇਹ ਕੇਸ ਜਿਹੜਾ ਇਹਦੀ ਸਟਾਰਟਿੰਗ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ 2015 ਵਾਲੀ ਸਰਕਾਰ ਚ ਹੁੰਦੀ ਆ 5/3/2015 ਨੂੰ ਫਾਜ਼ਿਲਕਾ ਡਿਸਟ੍ਰਿਕਟ ਜਲਾਲਾਬਾਦ ਸਦਰ ਪੁਲਿਸ ਸਟੇਸ਼ਨ ਚ ਇੱਕ FIR ਨਸ਼ਾ ਤਸਕਰੀ ਨੂੰ ਜਿਹਦੇ ਲਿੰਕ ਜਿਹੜੇ ਆ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਈਵਨ UK ਤੱਕ ਜੁੜੇ ਸੀ ਉਸ ਮਾਮਲੇ ਚ 2017 ਚ ਕਾਂਗਰਸ ਦੀ ਸਰਕਾਰ ਜਦੋਂ ਬਣਦੀ ਹੈ ਉਦੋਂ ਸੁਖਪਾਲ ਸਿੰਘ ਖਹਿਰਾ ਜੋ ਕਿ ਲੀਡਰ ਆਫ ਅਪੋਜੀਸ਼ਨ ਸੀਗੇ ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਂਦਾ ਜਦੋਂ ਮਨੀ ਲਾਂਡਰਿੰਗ ਦੇ ਕੇਸ ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮਦਨ ਤੋਂ ਵੱਧ ਪੈਸੇ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਅਕਾਊਂਟ ਚ ਪਾਏ ਗਏ ਔਰ ਉਹਨਾਂ ਨੇ ਇੱਕ ਬਹੁਤ ਖਰਚੀਦਾ ਵਿਆਹ ਵੀ ਕੀਤਾ ਪੈਸੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਇਰੈਗੂਲਰਿਟੀਜ਼ ਪਾਈਆਂ ਗਈਆਂ ਔਰ ਜਿਹੜਾ 2015 ਚ FIR ਦਰਜ ਹੁੰਦੀ ਹੈ ਨਸ਼ਾ ਤਸਕਰੀ ਲੈ ਕੇ ਉਹ ਚ ਗੁਰਦੇਵ ਸਿੰਘ ਮਨਜੀਤ ਸਿੰਘ ਉਹਦਾ ਡਰਾਈਵਰ ਗੁਰਦੇਵ ਸਿੰਘ ਇੱਕ ਅਹਿਮ ਕੜੀ ਆ ਜਿਹਦਾ ਸਿੱਧਾ ਸਿੱਧਾ ਲਿੰਕ ਸੁਖਪਾਲ ਸਿੰਘ ਖਹਿਰਾ ਨਾਲ ਹੈ ਔਰ ਸੁਖਪਾਲ ਸਿੰਘ ਖਹਿਰਾ ਦਾ ਰਾਈਟ ਹੈਂਡ ਸੀ ਉਹਦੇ ਬਿਆਨ ਦੇ ਆਧਾਰ ਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਕਾਰਵਾਈ ਸ਼ੁਰੂ ਕਰਦਾ ਹੈ ਜਿਹਦੇ ਚ ਇਹਨਾਂ ਨੂੰ ਅਰੈਸਟ ਵੀ ਹੁੰਦਾ ਅਰੈਸਟ ਵੀ ਕੀਤਾ ਜਾਂਦਾ 2022 ਚ ਸੁਪਰੀਮ ਕੋਰਟ ਨੇ ਜਦੋਂ ਖਹਿਰਾ ਸਾਹਿਬ ਦੇ ਕੇਸ ਦੀ ਸੁਣਵਾਈ ਕੀਤੀ ਤੇ ਬੇਸ਼ੱਕ ਅੱਜ ਰੌਲਾ ਪਾ ਪਾ ਕੇ ਕਾਂਗਰਸ ਕਹਿ ਰਹੀ ਹੈ ਕਿ ਉਹਨਾਂ ਨੂੰ ਬਰੀ ਕਰਤਾ ਸੀ ਬਰੀ ਨਹੀਂ ਕੀਤਾ ਸੀ ਦਸੰਬਰ 2022 ਚ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਜੀ ਦੇ ਤੇ ਨਸ਼ਾ ਤਸਕਰੀ ਦੇ ਐਲੀਗੇਸ਼ਨ ਹੈ ਦੋਸ਼ ਹੈ ਉਹਨਾਂ ਤੇ ਕਾਰਵਾਈ ਔਰ ਇਨਵੈਸਟੀਗੇਸ਼ਨ ਕੰਟੀਨਿਊ ਹੋ ਸਕਦੀ ਆ ਬਾਕੀ ਜਿਹੜੇ ਨਾਲ ਕਿਉਂ ਸੀਗੇ ਗੁਰਦੇਵ ਸਿੰਘ ਮਨਜੀਤ ਸਿੰਘ ਆਦਰਸ਼ ਨਾਈਨ ਉਹਨਾਂ ਨੂੰ ਕਨਵਿਕਸ਼ਨ ਹੁੰਦੀ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਤੋਂ ਬਾਅਦ ਇਮੀਡੀਏਟਲੀ ਇਹਨਾਂ ਨੇ ਏਅਰਪੋਰਟ ਤੇ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਜੁਆਇਨ ਕਰ ਲਈ ਸਿੱਧਾ ਸਿੱਧਾ ਮਕਸਦ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਪੈਟਰੋਨੇਜ ਕੀਤਾ ਜਾਵੇ ਬਚਾਇਆ ਜਾਵੇ ਲੇਕਿਨ ਮਾਨ ਸਾਹਿਬ ਦੀ ਸਰਕਾਰ ਦਾ ਬੜਾ ਸਪਸ਼ਟ ਮੰਨਣਾ ਹੈ ਕਿ ਨਸ਼ਾ ਜਿਹਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਉਹਦੇ ਖਿਲਾਫ ਚਾਹੇ ਛੋਟਾ ਹੋਵੇ ਵੱਡਾ ਹੋਵੇ ਪੋਲੀਟੀਕਲ ਆਦਮੀ ਹੋਵੇ ਈਵਨ ਪੁਲਿਸ ਅਫਸਰ ਵੀ ਹੋਵੇ ਪੰਜਾਬ ਦੇ ਇੱਕ ਵੱਡੇ ਪੁਲਿਸ ਅਫਸਰ ਨੂੰ ਵੀ ਬਰਖਾਸਤ ਕੀਤਾ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਕੰਪਰੋਮਾਈਜ਼ ਨਹੀਂ ਜਿਸ ਤਰੀਕੇ ਨਾਲ ਇੱਕ ਪ੍ਰੋਪਗੈਂਡਾ ਕੀਤਾ ਜਾ ਰਿਹਾ ਕਿ ਇਹ ਪੋਲੀਟੀਕਲ ਵੈਂਡੇਟਾ ਹੈ ਤੇ ਪੋਲੀਟੀਕਲ ਵੈਂਡੇਟਾ ਕਰਨਾ ਹੁੰਦਾ ਤੇ ਡੇਢ ਸਾਲ ਤੋਂ ਮਾਨ ਸਾਹਿਬ ਦੀ ਸਰਕਾਰ ਹੈ ਤੇ ਪਹਿਲਾਂ ਨਾ ਚੁਕਵਾ ਲੈਂਦੇ ਪਹਿਲਾਂ ਵੀ ਚੁਕਵਾ ਸਕਦੇ ਸੀ ਪਹਿਲਾਂ ਵੀ ਕਾਰਵਾਈ ਹੋ ਸਕਦੀ ਲੇਕਿਨ ਅਸੀਂ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਆਧਾਰ ਤੇ ਰੂਲ ਆਫ ਲਾ ਦੇ ਹਿਸਾਬ ਨਾਲ ਔਰ ਮਾਹ ਅਪ੍ਰੈਲ 2023 ਚ ਪੰਜਾਬ ਪੁਲਿਸ ਨੇ ਇੱਕ SIT ਦਾ ਗਠਨ ਕੀਤਾ ਔਰ ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਉਸ ਜਾਂਚ ਦੇ ਆਧਾਰ ਤੇ ਬਹੁਤ ਸਾਰੇ ਨਵੇਂ ਤੱਥ ਜਿਹੜੇ ਆ ਉਹ SIT ਕੋ ਆਏ ਆ ਜਿਹਦੇ ਨਾਲ ਸਿੱਧਾ ਸਿੱਧਾ ਇਹ ਜ਼ਾਹਿਰ ਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਉਹ ਨਸ਼ਾ ਤਸਕਰੀ ਚ ਇਨਵੋਲਵ ਹੈ ਔਰ ਇਸੇ ਕਰਕੇ ਅੱਜ ਜਿਹੜੀ ਹੈ ਪੰਜਾਬ ਪੁਲਿਸ ਨੂੰ ਅਰੈਸਟ ਕੀਤੀ ਸੋ ਇਹ ਕਿਸੇ ਤਰ੍ਹਾਂ ਦਾ ਕੋਈ ਪੋਲੀਟੀਕਲ ਵੈਂਡੇਟਾ ਨਹੀਂ ਹੈ ਕੋਈ ਬਦਲੇ ਦੀ ਭਾਵਨਾ ਨਹੀਂ ਹੈ ਅਗਰ ਪੰਜਾਬ 'ਚੋਂ ਨਸ਼ਾ ਤਸਕਰੀ ਔਰ ਨਸ਼ੇ ਦਾ ਵਪਾਰ ਖਤਮ ਹੋਣਾ ਚਾਹੀਦਾ ਹੈ ਤੇ ਪੰਜਾਬ ਦੀਆਂ ਬਾਕੀ ਵਿਰੋਧੀ ਪਾਰਟੀਆਂ ਨੂੰ ਇਸ ਕਾਰਵਾਈ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਅਦਰਵਾਈਜ਼ ਇਹ ਸਮਝਿਆ ਜਾਊਗਾ ਕਿ ਨਸ਼ਾ ਤਸਕਰੀ ਨੂੰ ਲੈ ਕੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ ਇਹ ਸਹਿਮਤ ਹੈ।